ਅਸੀਂ ਗੱਲ ਕਰੀਏ ਕਿ ਸਾਡੇ ਸਭ ਤੋਂ ਸਗੇ ਮੁਲਕਾਂ ਦੇ ਵਿੱਚੋਂ ਕਿਹੜੇ ਨੇ? ਸਭ ਤੋਂ ਸਗੇ ਸਾਡੇ ਇੰਗਲੈਂਡ, ਕੈਨੇਡਾ, ਅਮਰੀਕਾ, ਇਹ ਉਹ ਮੁਲਕ ਨੇ ਜਿੱਥੇ ਸਾਡੀ ਤੀਸਰੀ ਪੀੜ੍ਹੀ ਵੱਸਦੀ ਹੈ। ਉਸ ਤੋਂ ਬਾਅਦ ਕੰਟਰੀਜ਼ ਆਉਂਦੇ ਨੇ ਯੂਰੋਪੀਅਨ ਕੰਟਰੀਜ਼, ਆਸਟ੍ਰੇਲੀਆ, ਜਿੱਥੇ ਸਾਡੀ ਪਹਿਲੀ ਪੀੜ੍ਹੀ, ਆਸਟ੍ਰੇਲੀਆ ਵਾਲੇ ਪਾਸੇ ਤਾਂ ਪਹਿਲੀ ਪੀੜ੍ਹੀ ਹੈ, ਯੂਰਪ ਦੇ ਵਿੱਚ ਕਿਤੇ ਸ਼ਾਇਦ ਕੁਛ ਜਗ੍ਹਾ 'ਤੇ ਸਾਡੀ ਸੈਕਿੰਡ ਜਨਰੇਸ਼ਨ ਸ਼ੁਰੂ ਹੋ ਗਈ ਹੈ, ਪਰ ਆਸਟ੍ਰੇਲੀਆ, ਨਿਊਜ਼ੀਲੈਂਡ ਸਾਡੀ ਹਾਲੇ ਪਹਿਲੀ ਪੀੜ੍ਹੀ ਹੈ। ਸੋ ਸਭ ਤੋਂ ਵੱਧ ਪੰਜਾਬੀਆਂ ਨੂੰ ਅਡੋਪਟ ਕਿਹਨੇ ਕੀਤਾ? ਮੈਂ ਹੁਣ ਅੰਕੜਿਆਂ ਦੀ ਗੱਲ ਕਰਦਾ। ਕੋਈ ਵੀ ਮੁਲਕ ਜਿੰਨੇ ਵੀਜ਼ੇ ਦਿੰਦਾ, ਸ਼ਾਇਦ ਤੈਨੂੰ ਅੰਕੜਿਆਂ ਦੀ ਦੁਨੀਆ ਨਹੀਂ ਪਤਾ, ਅਮੈਰੀਕਾ ਇੱਕ ਸਾਲ ਦੇ ਵਿੱਚ ਇਕੱਲੇ ਇੰਡੀਆ ਨੂੰ 12,80,000 ਵੀਜ਼ੇ ਨੇ, ਲਗਭਗ 12,80,000 ਵੀਜ਼ੇ ਇੱਕ ਸਾਲ ਦੇ। ਔਰ ਇਹਦਾ ਮੋਟਾ ਮੋਟਾ ਹਿਸਾਬ ਹੈ ਕਿ ਇੱਕ ਮਹੀਨੇ ਦੇ ਵਿੱਚ 1,00,000 ਵੀਜ਼ਾ। ਕੋਈ ਮੁਲਕ ਪੂਰੇ ਸਾਲ ਦੇ ਵਿੱਚ 1,00,000 ਵੀਜ਼ਾ ਨਹੀਂ ਦਿੰਦਾ। ਕੀ ਇਹ ਥੋੜ੍ਹੇ ਨੇ? ਅੱਜ ਤੁਸੀਂ ਆਸੇ ਪਾਸੇ ਝਾਤ ਮਾਰ ਕੇ ਵੇਖੋ, ਤੁਹਾਡਾ ਹਰ ਤੀਜਾ ਚੌਥਾ ਜਾਣਕਾਰ ਉਹ ਕੋ ਅਮਰੀਕਾ ਦਾ ਵੀਜ਼ਾ ਹੋਊਗਾ। ਅੱਜ ਤੋਂ 5 ਸਾਲ ਪਹਿਲਾਂ ਕਿੰਨਿਆਂ ਕੋਲ ਸੀ? ਜੇ ਅਸੀਂ ਇਹਨੂੰ ਵੀ ਘੱਟ ਕਹਿੰਦੇ ਤਾਂ ਇਸ ਤੋਂ ਵੱਧ ਤਾਂ ਨਹੀਂ ਹੋ ਸਕਦਾ ਕੁਛ।